ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਦੇ ਦੇਖੋ ਰੰਗ ਠੇਕੇ ਖੁੱਲੇ ਸਕੂਲ ਬੰਦ ਪੰਜਾਬ ਸਰਕਾਰ ਦੇ ਦੇਖੋ ਰੰਗ ਠੇਕੇ ਖੁੱਲੇ ਸਕੂਲ ਬੰਦ ਪੰਜਾਬ ਸਰਕਾਰ ਦੇ ਦੇਖੋ ਰੰਗ ਠੇਕੇ ਖੁੱਲੇ ਸਕੂਲ ਬੰਦ ਕੋਰੋਨਾ ਦੇ ਨਾਮ ਤੇ ਬੱਚਿਆਂ ਦੇ ਭਵਿੱਖਰਾ ਖਲਵਾੜ ਬੰਦ ਕਰੋ ਬੰਦ ਕਰੋ ਬੰਦ ਕਰੋ ਕੋਰੋਨਾ ਦੇ ਨਾਮ ਤੇ ਬੱਚਿਆਂ ਦੇ ਭਵਿੱਖਰਾ ਖਲਵਾੜ ਬੰਦ ਕਰੋ ਬੰਦ ਕਰੋ ਬੰਦ ਕਰੋ स्वागत करदा अज पूरे पंजाब दे विच करोना महामारी का बहाना ला के संघर्ष नूं फेल करन लैके चलना कह सकते हैं जां होर भी राजनीति नूं लैके जिहड़ा स्कूलों नूं बंद किया जा रहा है इहनूं इक निशाना बनाया जा रहा है साडे देश की जो मौजूदा हालात ने वह भी साडी जिहड़ी सिक्ख्या का पद्धर नीवा होण करके ने ते अगे हुण साडे बच्चों का भी भविख खराब करन लई ये जिहड़ा सरकार वालों अपनी राजनीति नूं लैके चालना की जा रही ने इस लैके पूरे पंजाब दे विच प्रदर्शन किया गया प्राइवेट स्कूलों वालों जिथे इत्थे भी स्कूल बंद किए गए अज्ज मैं पहुंचा होया मानसा जिले के पिंड रायपुर दे विच इत्थे स्कूल दे आदर्श पब्लिक स्कूल वालों भी जिहड़ा करोना के कारण स्कूल बंद हो रहे हैं उन्हां दा विरोध किया जा रहा है गलबात करांगे टीचर साहिबान दे नाल सरकार वालों पिछले चार साल कोई काम नहीं किया गया लोगों के जवान बंद रखण वास्ते काम ठप्प रखण वास्ते बच्चे स्कूलों में भी बलि चढ़ाया जा रहा है क्योंकि सरकार वालों जो जवाबदेही बनती हैगी वो तो भजन लई एक नीति तहत आने वाले चोन वरे की तैयारी लई सारा कुछ ठप्प किया जा रहा है बच्चों की पढ़ाई नाल बच्चों के भविख नाल खिलवाड़ किया जा रहा है ये करोने नालों वड्डी जिहड़ी साजिश है वो राजनीतिक जापती है सर तुसीं की कहना चाहोगे जिवें ਆਪਾਂ ਤੁਸੀਂ ਨਾਰੇ ਵੀ ਲਗਾ ਰਹੇ ਸੀ ਕਿ ਠੇਕੇ ਖੁੱਲ੍ਹੇ ਸਕੂਲ ਬੰਦ ਹੈ ਹੋਰ ਰੈਲੀਆਂ ਹੋ ਰਹੀਆਂ ਨੇ ਰਾਜਨੀਤਿਕ ਰੈਲੀਆਂ ਹੋ ਰਹੀਆਂ ਪਰ ਸਿਰਫ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਉੱਥੇ ਵੀ ਰੋਕ ਲੋਕ ਨਹੀਂ ਕੀ ਕਹਿਣਾ ਚਾਹੁੰਦੇ ਉਹ ਜਿਹੜਾ ਆਪਣਾ ਠੇਕੇ ਖੁੱਲ੍ਹਣ ਵਾਲੀ ਗੱਲ ਹੈ ਸ਼ਾਮ ਨੂੰ ਮਤਲਬ ਜਿਹੜੇ ਠੇਕੇ ਨੇ ਉਹਨਾਂ ਦੇ ਦੇਖਦੇ ਹਾਂ ਅਸੀਂ 200 ਬਰੇ ਦਾ ਇਕੱਠ ਹੁੰਦਾ ਇੱਕ ਇੱਕ ਗਲਾਸ 'ਚ ਹੀ ਬਹਿ ਕੇ ਉਹ ਪੈਗ ਸਾਂਝਾ ਕਰਦੇ ਆ ਅਤੇ ਬਾਕੀ ਜਿਹੜੀਆਂ ਰੈਲੀਆਂ ਹੋ ਰਹੀਆਂ ਉਹ ਰਾਜਨੀਤਿਕ ਆਪਣੇ ਮਫਾਦ ਵਾਸਤੇ ਕਰ ਰਹੇ ਆ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਖਿਆਲ ਨਹੀਂ ਕਿਉਂਕਿ ਸਾਡੇ ਕੋਲ ਕਲਾਸ ਦੇ ਵਿੱਚ ਸਿਰਫ 30 ਬੱਚੇ ਹੁੰਦੇ ਆ ਜੇ ਅਸੀਂ 30 ਬੱਚਿਆਂ ਨੂੰ ਜੇ 30 ਬੱਚਿਆਂ ਨੂੰ ਕਰੋਨਾ ਹੋ ਸਕਦਾ ਜਿਹੜੇ ਠੇਕੇ ਨੇ ਜਾਂ ਸਿਨੇਮੇ ਹਾਲ ਨੇ 500 ਬੰਦਾ 1000 ਬੰਦਾ ਇਕੱਠਾ ਹੋ ਸਕਦਾ ਹੈਗਾ ਮੇਲੇ ਲੱਗ ਰਹੇ ਨੇ ਹੁਣ ਪਲੱਸ 2 ਦੀ ਪ੍ਰੀਖਿਆ ਸਿਰਫ 3 ਦਿਨ ਪਹਿਲਾਂ ਮਤਲਬ ਉਹਨਾਂ ਨੇ ਪੋਸਟਪੋਨ ਕਰਤੀ ਬੱਚਿਆਂ ਦੀ ਬੜੀ ਤਿਆਰੀ ਸੀ ਕਿਉਂਕਿ ਅੱਗੇ ਉਹਨਾਂ ਦੀਆਂ ਭਰਤੀਆਂ ਵੀ ਦੇਖਣੀਆਂ ਨੇ ਪਲੱਸ 2 ਦੀ ਕਲਾਸ ਇੱਕ ਅਜਿਹੀ ਕਲਾਸ ਹੁੰਦੀ ਹੈ ਜਿਹੜੀ ਕੈਰੀਅਰ ਤੈਅ ਕਰਦੀ ਹੈ ਅੱਜ ਉਹ ਬੱਚੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦਾ ਜਿਹੜਾ ਸਿਸਟਮ ਹੈ ਮਤਲਬ ਉਹ ਕਿਹੜਾ ਡਾਮਾਡੋਲ ਹੋ ਗਿਆ ਕਿਉਂਕਿ 1 ਮਹੀਨਾ ਪਿੱਛੇ ਪ੍ਰੀਖਿਆਵਾਂ ਪਾਤੀਆਂ ਤਾਂ ਮੇਰਾ ਖਿਆਲ ਹੈ ਵੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਦੇ ਬੱਚੇ ਪੜ੍ਹਨ ਕਿ ਪੜ੍ਹਨਗੇ ਤਾਂ ਫਿਰ ਉਹ ਨੌਕਰੀਆਂ ਵਾਸਤੇ ਜਾਂ ਹੋਰ ਪ੍ਰੋਟੈਸਟ ਕਰਨਗੇ ਇਸ ਕਰਕੇ ਡੀਰੇਲ ਕਰਨਾ ਚਾਹੁੰਦੇ ਸਿਸਟਮ ਹਾਂਜੀ ਜਿਹੜਾ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਕੂਲ ਬੰਦ ਹੋਣ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਵਿੱਚ ਅੱਜ ਇਹ ਕੀਤਾ ਜਾ ਰਿਹਾ ਹੈ ਵਿਰੋਧ ਕਿਉਂਕਿ ਸਰਕਾਰ ਹੈ ਜਿਹੜੀ ਸਿਨੇਮਾ ਜਨੇਜਾਂ ਹੋਰ ਸਿਸਟਮ ਉਹਨਾਂ ਸਾਰਿਆਂ ਨੂੰ ਚਲਾ ਰਹੀ ਹੈ ਪਰ ਸਕੂਲਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਅੱਜ ਸਿਰਫ ਇਹੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਵੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਵੀ ਜੇਕਰ ਬੱਚੇ ਪੜ੍ਹਨਗੇ ਤਾਂ ਕੁਛ ਨਾ ਕੁਛ ਡਿਮਾਂਡ ਕਰਨਗੇ ਐਜੂਕੇਸ਼ਨ ਲਈ ਜਾਂ ਅੱਗੇ ਜੋਬਸ ਦੇ ਲਈ ਇਸ ਲਈ ਸਰਕਾਰ ਚਾਹੁੰਦੀ ਹੈ ਵੀ ਬੱਚੇ ਅੱਗੇ ਨਾ ਪੜ੍ਹਨ ਕਿਉਂਕਿ ਸਿੱਖਿਅਕ ਬੰਦਾ ਜਿਹੜਾ ਉਹੀ ਆਪਣੇ ਹੱਕਾਂ ਲਈ ਅੱਗੇ ਸੰਘਰਸ਼ ਕਰ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰ ਹੈ ਜਿਹੜੀ ਉਹ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲ੍ਹੇ ਸੋ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਇਹਨਾਂ ਨੇ ਵੀ ਇਹੀ ਕਿਹਾ ਸਰਕਾਰ ਕੀ ਚਾਹੁੰਦੀ ਹੈ ਜੇਕਰ ਸਾਡੇ ਬੱਚੇ ਪੜ੍ਹਨਗੇ ਤਾਂ ਜਾਗਰੂਕ ਹੋਣਗੇ ਜੇ ਜਾਗਰੂਕ ਹੋਣਗੇ ਤਾਂ ਸਰਕਾਰ ਦੇ ਖਿਲਾਫ ਆਵਾਜ਼ ਉੱਠੂਗੀ ਸੋ ਇਸੇ ਤਰ੍ਹਾਂ ਜੇ ਜਿੱਥੇ ਇੱਥੇ ਵੀ ਵਿਰੋਧ ਪ੍ਰਦਰਸ਼ਨ ਹੋਊਗਾ ਅਸੀਂ ਤੁਹਾਡੇ ਸਾਹਮਣੇ ਦਿਖਾਉਂਦੇ ਰਹਾਂਗੇ ਧੰਨਵਾਦ